नमस्कार दोस्तों, मैं गुरबाज भुंदड़। तुसी देख रहे हो मेरे यूट्यूब चैनल MTV नू। MTV ते आप सारे दा स्वागत है। पंजाब दे मानसा जिले दे ब्लॉक भिखी खंड दे माखा चैला विखे मेट ते मजदूरां वल्लों एक बहुत बड़ा अपनी हक्की मंगा नू लेके सम्मेलन किया गया। इस सम्मेलन दे विच अखिल भारतीय मनरेगा मेट मजदूर संघ नई दिल्ली उन्हां दे राष्ट्रीय अध्यक्ष मंगल नायक जी, राष्ट्रीय संयोजक ओम प्रकाश पुनिया जी ਅਤੇ ਹਰਿਆਣੇ ਦੇ ਸਟੇਟ ਪ੍ਰਧਾਨ, ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਹੋਰ ਵੀ ਬਹੁਤ ਸਾਰੇ ਜੋ ਸੰਗਠਨਾਂ ਨੇ ਇਸ ਸੰਮੇਲਨ ਦੇ ਵਿੱਚ ਹਿੱਸਾ ਲਿਆ। ਇਸ ਸੰਮੇਲਨ ਨੂੰ ਜੋ ਕਿ ग्राम पंचायत पिंड माखा चहला उन्होंने सरपंच वालों बहुत ही वधिया उपराला करके संगत दे लई बैठन लई व्यवस्था की गई। अते जो दूरों दूरों मजदूर अते मेट साथी पहुँचे उन्हों का जोरदार स्वागत किया गया। वख वख जिलों के ਵਿੱਚੋਂ ਆਏ, ਸਟੇਟਾਂ ਦੇ ਵਿੱਚੋਂ ਆਏ ਪਦ ਅਧਿਕਾਰੀਆਂ ਨੇ ਲੇਬਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਜੋ ਕਿ ਮਨਰੇਗਾ ਦੀ ਦਿਹਾੜੀ ਜੋ ਮਜ਼ਦੂਰ ਨੂੰ ਦਿੱਤੀ ਜਾਂਦੀ ਹੈ ਉਹ ਬਹੁਤ ਘੱਟ ਹੈ, ਉਸ ਨੂੰ ਵਧਾ ਕੇ ਘੱਟੋ ਘੱਟ 500 ਰੁਪਈਆ ਪ੍ਰਤੀ ਦਿਨ ਕੀਤਾ ਜਾਵੇ ਤਾਂ ਕੋਈ ਇਸ ਜੋ ਮਹਿੰਗਾਈ ਦਾ ਜੋ ਯੁੱਗ ਹੈ ਦਿਨੋਂ ਦਿਨ ਮਹਿੰਗਾਈ ਵੱਧ ਰਹੀ ਹੈ, ਗਰੀਬ ਦੀ ਮਜ਼ਦੂਰੀ ਮਜ਼ਦੂਰ ਦੀ ਮਜ਼ਦੂਰੀ ਉੱਥੇ ਦੀ ਉੱਥੇ ਖੜ੍ਹੀ ਹੈ। 250-300 ਦੇ ਵਿੱਚ ਪਰਿਵਾਰ ਦਾ ਗੁਜ਼ਾਰਾ ਜੋ ਬਹੁਤ ਮੁਸ਼ਕਲ ਦੇ ਨਾਲ ਹੁੰਦਾ ਹੈ, ਇਸ ਕਰਕੇ ਇਸ ਦਿਹਾੜੀ ਨੂੰ ਵਧਾ ਕੇ 500 ਰੁਪਈਆ ਕੀਤਾ ਜਾਵੇ। ਅਖਿਲ ਭਾਰਤੀ ਮਨਰੇਗਾ ਮੇਟ ਮਜ਼ਦੂਰ ਸੰਘ ਨਈ ਦਿੱਲੀ ਮਹਾਂਸੰਘ ਪੰਜਾਬ ਅਤੇ ਹਰਿਆਣੇ ਦੀ ਜੋ ਸੰਗਠਨਾਂ ਦੇ ਜੋ ਸਾਥੀ ਪਹੁੰਚੇ ਉਹਨਾਂ ਨੇ ਅਪੀਲ ਕੀਤੀ ਕਿ ਦਿਹਾੜੀ ਦੇ ਵਿੱਚ ਵਾਧਾ ਅਤੇ ਘੱਟੋ ਘੱਟ 200 ਦਿਨ ਅਤੇ ਜੇਕਰ ਕੋਈ ਕੰਮ ਕਰਦੇ ਕਿਸੇ ਮਜ਼ਦੂਰ ਦੀ ਦੁਰਘਟਨਾ ਦੇ ਵਿੱਚ ਕਿਸੇ ਵੀ ਤਰ੍ਹਾਂ ਕੋਈ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਘੱਟੋ ਘੱਟ 10 ਲੱਖ ਰੁਪਈਆ ਅਤੇ ਉਸ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਜਿੱਥੇ ਮਨਰੇਗਾ ਦਾ ਕੰਮ ਚੱਲਦਾ ਹੈ ਉੱਥੇ ਫਸਟ ਐਡ ਦੀ ਅਤੇ ਹੋਰ ਵੀ ਜੋ ਐਕਟ ਦੇ ਅਧੀਨ ਆਉਂਦੀਆਂ ਜੋ ਵੀ ਸਹਾਇਤਾਵਾਂ ਨੇ ਉਹ ਉੱਥੇ ਦਿੱਤੀਆਂ ਜਾਣ। ਇਸ ਸੰਮੇਲਨ ਦੇ ਵਿੱਚ ਸਰਦਾਰ ਰਣਜੀਤ ਸਿੰਘ ਚੇਅਰਮੈਨ, ਯੋਜਨਾ ਬੋਰਡ ਪੰਜਾਬ ਦੇ ਜੋ ਇਸ ਸੰਮੇਲਨ ਦੇ ਵਿੱਚ ਉਹਨਾਂ ਨੇ ਵੀ ਭਾਗ ਲਿਆ। ਇਸ ਦੇ ਵਿੱਚ ਜੋ ਪੰਜਾਬ ਦੀ ਜੋ ਕਮੇਟੀ ਆ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਮੈਮੋਰੈਂਡਮ ਲਿਖ ਕੇ ਸਰਦਾਰ ਚਰਨਜੀਤ ਸਿੰਘ ਅਕਾਲੀ ਚੇਅਰਮੈਨ ਯੋਜਨਾ ਬੋਰਡ ਪੰਜਾਬ ਨੂੰ ਲਿਖਤੀ ਰੂਪ ਦੇ ਵਿੱਚ ਇਹ ਮੈਮੋਰੈਂਡਮ ਸੌਂਪਿਆ ਕਿ ਇਹ ਗੱਲ ਜੋ ਸਰਕਾਰ ਤੱਕ ਸਾਡੀ ਪਹੁੰਚਾਈ ਜਾਵੇ ਤਾਂ ਕਿ ਇਸ 'ਤੇ ਗੌਰ ਹੋ ਸਕੇ। ਸਰਦਾਰ ਚਰਨਜੀਤ ਸਿੰਘ ਅੱਕਾਂ ਵਾਲੀ ਉਹਨਾਂ ਨੇ
ਆਸਵਾਸਨ ਦਿੱਤਾ ਕਿ ਮੈਂ ਇਹ ਮਜ਼ਦੂਰਾਂ ਦੀਆਂ ਅਤੇ ਮੇਟਾਂ ਦੀਆਂ ਜੋ ਮੰਗਾਂ ਹਨ ਸਰਕਾਰ ਤੱਕ ਇਸ ਮੈਮੋਰੈਂਡਮ ਦੇ ਮਾਧਿਅਮ ਨਾਲ ਪਹੁੰਚਦੀਆਂ ਕਰਾਂਗਾ ਤਾਂ ਕਿ ਇਹਨਾਂ ਮੰਗਾਂ 'ਤੇ ਗੌਰ ਕੀਤਾ ਜਾ ਸਕੇ। ਅੱਡੋ ਅੱਡ ਪਿੰਡਾਂ 'ਚੋਂ ਵੱਖੋ ਵੱਖ ਜੋ ਪਿੰਡਾਂ ਦੇ ਮਜ਼ਦੂਰ ਇਸ ਸੰਮੇਲਨ ਦੇ ਵਿੱਚ ਪਹੁੰਚੇ, ਉਹਨਾਂ ਨੇ ਵੀ ਆਪੋ ਆਪਣੀਆਂ ਸਮੱਸਿਆਵਾਂ ਰਾਸ਼ਟਰੀ ਅਧਿਅਕਸ ਮੰਗਲ ਨਾਇਕ ਜੀ ਦੇ ਸਾਹਮਣੇ ਰੱਖੀਆਂ ਕਿ ਸਾਨੂੰ ਕੰਮ ਕਰਦੇ ਇਹ ਜੋ ਪ੍ਰੋਬਲਮ ਜੋ ਆ ਰਹੀਆਂ ਨੇ ਇਹਨਾਂ ਦਾ ਜਲਦੀ ਤੋਂ ਜਲਦੀ ਸਰਕਾਰ ਤੋਂ ਹੱਲ ਕਰਵਾਇਆ ਜਾਵੇ। ਮੰਗਲ ਨਾਇਕ ਜੀ ਰਾਸ਼ਟਰੀ ਅਧਿਅਕਸ ਅਖਿਲ ਭਾਰਤੀ ਮਨਰੇਗਾ ਮੇਟ ਮਜ਼ਦੂਰ ਸੰਘ ਨਈ ਦਿੱਲੀ, ਉਹਨਾਂ ਨੇ ਵਿਸ਼ਵਾਸ ਦਿਲਾਇਆ ਕਿ ਅਸੀਂ ਪੂਰਨ ਤੌਰ 'ਤੇ ਇਹਨਾਂ ਮੰਗਾਂ ਦੇ ਹੱਕ ਵਿੱਚ ਹਾਂ, ਇਹਨਾਂ ਨੂੰ ਮੰਗਵਾ ਕੇ ਹੀ ਅਸੀਂ ਦਮ ਲੈਣਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਵੀ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮ ਸੰਘ ਦੇ ਜੋ ਰੱਖੇ ਜਾਣ, ਸੰਮੇਲਨ ਕੀਤੇ ਜਾਣ, ਪੰਜਾਬ ਦੇ ਹੋਰ ਵੀ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਪ੍ਰਦਰਸ਼ਨ ਕੀਤੇ ਜਾਣ ਤਾਂ ਕਿ ਮਜ਼ਦੂਰਾਂ ਦੀ ਅਤੇ ਮੇਟਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚੇ, ਮੇਟ ਨੂੰ ਪੱਕੇ ਕਰਮਚਾਰੀ ਦਾ ਜੋ ਦਰਜਾ ਮਿਲ ਸਕੇ। ਉਹਨਾਂ ਨੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਆਪਣੀ ਕਮੇਟੀਆਂ ਬਣਾਉਣ ਲਈ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਅਪੀਲ ਕੀਤੀ ਤਾਂ ਕਿ ਸਾਡੀ ਜੋ ਕਮੇਟੀ ਹੈ, ਸਾਡਾ ਜੋ ਸੰਗਠਨ ਹੈ, ਉਸ ਨੂੰ ਹੋਰ ਮਜ਼ਬੂਤੀ ਮਿਲ ਸਕੇ ਅਤੇ ਅਸੀਂ ਹੋਰ ਇਸ ਨੂੰ ਵੱਡੇ ਲੈਵਲ 'ਤੇ ਪ੍ਰਦਰਸ਼ਨ ਕਰ ਸਕੀਏ। ਉਹਨਾਂ ਨੇ ਅਪੀਲ ਕੀਤੀ ਕਿ ਵੱਧੋ ਵੱਧ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਦੇ ਵਿੱਚ ਇਸ ਸੰਗਠਨ ਦੇ ਨਾਲ ਮੇਟ ਸਾਥੀ ਅਤੇ ਮਜ਼ਦੂਰ ਸਾਥੀ ਜੁੜਨ ਤਾਂ ਕਿ ਅਸੀਂ ਆਪਣਾ ਏਕਤਾ ਦਾ ਸਬੂਤ ਦੇਈਏ ਔਰ ਆਪਣੀਆਂ ਜੋ ਹੱਕੀ ਮੰਗਾਂ ਨੇ ਉਹਨਾਂ ਨੂੰ ਮੰਗਵਾ ਸਕੀਏ। ਸਾਥੀਓ, ਜੇਕਰ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰੀਓ, ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਜੋ ਮਨਰੇਗਾ ਸੰਬੰਧੀ ਜੋ ਵੀ ਅਪਡੇਟ ਹੁੰਦੀ ਹੈ ਉਹ ਤੁਹਾਨੂੰ ਮਿਲਦੀ ਰਹੇ, ਤੁਹਾਡੇ ਤੱਕ ਪਹੁੰਚਦੀ ਰਹੇ। ਲਾਇਕ, ਸ਼ੇਅਰ, ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਤਾਂ ਕਿ ਅਸੀਂ ਇਸ ਚੈਨਲ ਦੇ ਮਾਧਿਅਮ ਤੱਕ ਅਸੀਂ ਤੁਹਾਡੇ ਤੱਕ ਹਰ ਇੱਕ ਖਬਰ ਪਹੁੰਚਾਉਂਦੇ ਰਹੀਏ। ਧੰਨਵਾਦ।